ਤੇ ਇਹਨਾਂ ਨੇ ਨਾ ਨਿਕਲ ਰਹੇ ਕ੍ਰੋਸ ਕਰ ਰਹੇ ਸੀ, ਬੱਸਾਂ ਬੜੀਆਂ ਟੇਢੀਆਂ ਲੱਗਦੀਆਂ ਇੱਥੇ। ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ, ਬੰਦਾ ਉੱਡਿਆ ਇੱਕ। ਉਹ ਵੀਰ ਅੱਧਾ ਸ਼ੀਸ਼ਾ ਥੱਲੇ ਸੀ ਤੇ ਇੰਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ। ਤਾਂ ਆਪਾਂ ਤੇ ਚਾਬੀ ਫੜ ਕੇ ਆਪਣੇ ਬੰਦੇ ਨੂੰ ਇੱਕ ਲੱਭ ਕੇ ਘਾਬਰ ਗਏ ਕਿ ਬੰਦਾ ਉੱਡਦਾ ਹੀ ਨਹੀਂ ਪਿਆ ਸੀ ਮੌਕੇ ਤੇ। ਅੰਮ੍ਰਿਤਸਰ ਰੇਲਵੇ ਸਟੇਸ਼ਨ ਨੇੜੇ ਦੇਰ ਰਾਤ ਇੱਕ ਪੁਲਿਸ ਮੁਲਾਜ਼ਮ ਵੱਲੋਂ ਇੱਕ ਬੱਸਾਂ ਦੇ ਮਾਲਕ ਉੱਤੇ ਗੱਡੀ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਕਿ ਗੱਡੀ ਚੜ੍ਹਾਉਣ ਤੋਂ ਬਾਅਦ ਬੱਸਾਂ ਦਾ ਮਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਸੀ, ਜਿਸ ਤੋਂ ਬਾਅਦ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਪੁਲਿਸ ਮੁਲਾਜ਼ਮ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਵੀ ਪਹੁੰਚੀ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਵੀਰ ਜੀ, ਮੇਰੀ ਸਾਹਮਣੇ ਟਰੈਵਲ ਹੈਗੀ ਆ, ਸਾਈ ਟਰੈਵਲ ਤੇ ਆ। ਵੀਰ ਸਾਡੇ ਸਤਿਗੁਰੂ ਟਰੈਵਲ ਦੇ ਹੀ ਬੰਦੇ ਨੇ ਅਤੁਲ ਵੀਰ ਜੀ, ਤੇ ਇਹਨਾਂ ਨੇ ਨਾ ਨਿਕਲ ਰਹੇ ਕ੍ਰੋਸ ਕਰ ਰਹੇ ਸੀ, ਬੱਸਾਂ ਬੜੀਆਂ ਟੇਢੀਆਂ ਲੱਗਦੀਆਂ ਇੱਥੇ, ਲਕਸ਼ਮੀ ਵਾਲਿਆਂ ਦੀਆਂ, ਇੰਟਰਸਿਟੀ ਦੀਆਂ ਤੇ ਆਪਣੀਆਂ ਹੋਰ ਆ ਕੇ ਇੱਥੇ ਗੱਡੀਆਂ ਟੇਢੀਆਂ ਲੱਗਦੀਆਂ ਮੌਕੇ ਤੇ, ਠੀਕ ਹੈ ਜੀ। ਤੇ ਆ ਗੱਡੀ ਕਵਰ ਕਰ ਰਹੇ ਤੇ ਪਿੱਛੋਂ ਸਵਿਫਟ ਆਈ ਬੜੀ ਤੇਜ਼, ਮੈਂ ਆਪਣੇ ਆਪਣੇ ਕਾਊਂਟਰ ਤੇ ਖੜਾ ਸੀ, ਮੈਂ ਕਾਊਂਟਰ ਤੇ ਖਲੋ ਕੇ ਇੱਕੋ ਦਮ ਭਾਜੀ ਬੰਬ ਫਟਣ ਵਰਗੀ ਆਵਾਜ਼ ਆਈ, ਬੰਦਾ ਉੱਡਿਆ ਇੱਕ। ਉੱਡ ਕੇ ਤੇ ਇਹ ਵੀਰ ਨੇ ਕੀ ਕੀਤਾ, ਗੱਡੀ ਨੱਪਦੀ ਇੱਕ ਟਾਈਮ ਤੇ ਆਪਾਂ ਉੱਥੋਂ ਭੱਜੇ ਆਏ ਹਾਂ ਦੋ ਜਣੇ। ਉਹ ਵੀਰ ਅੱਧਾ ਸ਼ੀਸ਼ਾ ਥੱਲੇ ਸੀ ਤੇ ਇੰਨੇ ਉਹ ਬੰਦਾ ਥੱਲੇ ਲੰਮੇ ਪਿਆ ਸਾਡਾ, ਇੰਨੇ ਨਹੀਂ ਵੇਖਿਆ ਕਿ ਬੰਦਾ ਥੱਲੇ ਆ ਜਾਂ ਨਹੀਂ ਹੈ, ਇੰਨੇ ਐਕਸੀਲੇਟਰ ਤੇ ਪੈਰ ਦਿੱਤਾ। ਬਾਏ ਚਾਂਸ ਵੀਰ ਰੱਬ ਵੱਲੋਂ ਮੈਂ ਕੀ ਸੀ, ਹੱਥ ਪੈ ਗਿਆ ਚਾਬੀ ਤੇ ਗੱਡੀ ਉੱਥੇ ਲੌਕ ਹੋ ਗਈ। ਨਹੀਂ ਤਾਂ ਪੰਜਾਬ ਪੁਲਿਸ ਇਹੋ ਜਿਹਾ ਕੰਮ ਕਰੇਗੀ ਤੇ ਫਿਰ ਕੀ ਕਰੇਗੀ ਭਾਜੀ? ਪੰਜਾਬ ਪੁਲਿਸ ਦਾ ਇੱਕ ਬੰਦਾ ਜਿਹੜਾ ਆਇਆ, ਹਾਂ ਇੱਕ ਬੰਦਾ ਆਇਆ ਡਾਤਾ, ਇੱਕ ਨੇ ਇੰਡੀ ਵਧੀਆ ਆ ਕੇ ਕ੍ਰਿਮੀਨਲ ਨੂੰ ਜਿਹੜਾ ਮੌਕੇ ਤੇ ਆ ਕੇ ਡੱਕਿਆ, ਵੀਰ ਨੇ ਡੱਕਿਆ, ਨਹੀਂ ਤੇ ਉਹ ਨਿਕਲ ਚੱਲਾ ਸੀ। ਆਪਾਂ ਤੇ ਚਾਬੀ ਫੜ ਕੇ ਆਪਣੇ ਬੰਦੇ ਨੂੰ ਇੱਕ ਲੱਭ ਕੇ ਘਾਬਰ ਗਏ ਕਿ ਬੰਦਾ ਉੱਡਦਾ ਹੀ ਨਹੀਂ ਪਿਆ ਸੀ ਮੌਕੇ ਤੇ। ਪਰ ਜੇ ਇਹ ਹਾਲ ਰਹੂਗਾ ਵੀਰ ਜੀ, ਫਿਰ ਤੇ ਬੱਲੇ ਬੱਲੇ ਪੰਜਾਬ ਦੀ ਵੈਸੇ ਹੀ ਚੱਲ ਰਹੀ ਵੀਰ। ਬਈ ਮੇਰਾ ਨਾਂ ਜਸਕੀਰਤ ਸਿੰਘ ਆ। ਬਈ ਇੱਥੇ ਨਾ ਲਾਈਵ ਇੱਕ ਐਕਸੀਡੈਂਟ ਹੋਇਆ ਵਾ, ਸਵਿਫਟ ਕਾਰ ਇੱਥੇ ਲੱਗੀ ਆ ਪਿਛਾੜੀ, ਠੀਕ ਆ। ਇਹ ਵੀਰ ਹੁਣੀ ਨਾ ਆਹ ਇੱਕ ਬੰਦਾ ਵੀ ਚਵਾਇਆ ਵਾ, ਦੋ ਬੈਠੇ ਆ, ਠੀਕ ਆ। ਇਹ ਨਾ ਇੱਕ ਵੀਰੇ ਹੈਗਾ ਉੱਥੇ ਹੋਸਪਿਟਲ ਵੀਰ ਨੂੰ ਐਡਮਿਟ ਕਰਾਉਣ ਲੱਗੇ ਆ, ਉਹਦਾ ਐਕਸੀਡੈਂਟ ਕਰਕੇ ਨਾ ਇਹ ਵੀਰ ਭੱਜ ਲੱਗਾ ਸੀਗਾ ਇੱਥੋਂ, ਤੇ ਮੌਕੇ ਤੇ ਲੋਕਾਂ ਨੇ ਇਹਨੂੰ ਖਿਲਾਰਿਆ, ਤੇ ਮੈਂ ਆ ਕੇ ਇਹਨੂੰ ਕ੍ਰਿਮੀਨਲ ਨੂੰ ਕੈਦ ਕਰਨਾ ਆ। ਹਾਂਜੀ, ਮੈਂ ਬਾਈ ਇੰਨੀ ਗੱਲ ਆਖੀ, ਜੇ ਤੁਹਾਨੂੰ ਗੁੱਸਾ ਲੱਗਾ ਮੈਂ ਸੌਰੀ ਕਹਿੰਦਾ। ਮੈਂ ਬਾਈ ਇਹ ਗੱਲ ਆਖੀ ਸੀ, ਉਸਤਾਦ ਗੱਲ ਸੁਣੋ, ਮੈਂ ਤੁਹਾਨੂੰ ਇਹ ਗੱਲ ਆਖੀ ਬਾਈ, ਐਕਟਿਵ ਸੜਕ ਵਗਦੀ ਪਈ ਆ, ਠੀਕ ਹੈ, ਲੋਕਾਂ ਦਾ ਵੀ ਹੁਣ ਵੇਚ ਸਕਦੇ ਤੁਸੀਂ ਇਕੱਠ। ਮੈਂ ਤੁਹਾਨੂੰ ਇਹ ਚੀਜ਼ ਆਖਿਆ ਸੀਗਾ ਵੀ ਬਾਈ ਐਕਟਿਵਾ ਸਾਈਡ ਕਰ ਲਓ, ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ। ਮੈਂ ਬਾਈ ਤੇ ਕਰਕੇ ਆਖਿਆ ਸੀਗਾ, ਦੇਖ ਹੁਣ ਮੈਂ ਮੇਰੀ ਤਾਂ ਇਕੱਲੀ ਬਾਈਕ ਖਲੋਤੀ, ਠੀਕ ਹੈ, ਮੈਂ ਸਾਈਡ ਤੇ ਕਰਨੀ, ਹੁਣ ਪਿੱਛੋਂ ਯਾਰ ਇੰਨੇ ਵੱਲ ਲੋਕ ਆਉਂਦੇ ਆ, ਜਿੱਦਾਂ ਆਹ ਵੀਰੇ ਦਾ ਐਕਸੀਡੈਂਟ ਹੋਇਆ ਉਦਾਂ। ਉਸਤਾਦ ਗੱਲ ਸੁਣ, ਗੱਡੀ ਦੇ ਵਿੱਚ ਘਰੇ ਲੱਗੀ, ਗੱਡੀ ਅਸੀਂ ਸਾਈਡ ਕਰਾਉਂਦੇ, ਮੈਂ ਤਦ ਕਰਕੇ ਤੈਨੂੰ ਆਖਣਾ ਵੀ ਬਾਈ ਕਾਰ ਥੋੜੀ ਸਾਈਡ ਕਰ ਲਓ ਪਲੀਜ਼, ਦੋ ਮਿੰਟ ਦੀ ਗੱਲ ਆ, ਠੀਕ ਹੈ, ਬਾਕੀ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਮੋਟੋ ਦੇ ਨਾਲ ਨਹੀਂ ਆਖਿਆ। ਹਾਂਜੀ, ਮੈਂ ਤੁਹਾਨੂੰ ਸਿਰਫ ਇਹ ਕਰਕੇ ਆਖਣਾ ਇਹ ਪਿੱਛੋਂ ਸੜਕ ਵਗਦੀ ਆਉਂਦੀ ਆ। ਡਰਾਈਵਰ ਦਾ ਵੀ ਇੱਕ ਮਿੰਟ ਨਾਮ ਦਾ ਕਨਫਰਮ ਕਰੋ ਯਾਰ, ਨਾਮ ਤੁਹਾਡਾ ਦੱਸ ਦਿੰਦੇ ਹੋਣੇ ਬਾਈ, ਜਰਮਨਪ੍ਰੀਤ ਸਿੰਘ ਨਾਂ ਆ ਬਾਈ ਦਾ, ਅੰਮ੍ਰਿਤਸਰ ਦਾ ਰਹਿਣ ਵਾਲਾ ਨਾ, ਤਰਨ ਤਾਰਨ ਦਾ ਰਹਿਣ ਵਾਲਾ ਵੀਰੇ। ਇਹ ਲਾਈਵ ਆਪਣੀ ਕਾਰ ਲੈ ਕੇ ਆਉਂਦਾ ਸੀਗਾ, ਇਹ ਵੇਹ ਤੇ ਸਾਨੂੰ ਜਾਂਦਾ ਕਿਤੇ, ਠੀਕ ਹੈ, ਸਡਨ ਇੱਕ ਮਿੰਟ ਇਹਨੂੰ ਫਲੋਰ ਫਲੋਰ ਬਾਰਾ ਬਾਰਾ ਬਾਈ ਬਾਰਾ, ਤੂੰ ਬਹਿ ਅੰਦਰ, ਓਕੇ ਬਹਿ 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 ਵੀਰੇ, ਤੁਹਾਡੇ ਸਾਹਮਣੇ ਬਾਈ ਹੁਣ ਕੀ ਕਰਨਾ ਹੈ ਉਹ ਇੱਥੇ
ਮੈਂ ਵੀ ਡਿਊਟੀ ਤੇ ਆਇਆ ਮਲਾ ਡਿਊਟੀ ਕਿੱਥੇ ਆ ਹਰਪ੍ਰੀਤ ਸਿੰਘ ਦੀ ਡਿਊਟੀ ਹੈ ਹਾਂ ਡਿਊਟੀ ਸਾਹਿਬ ਨਾਲ ਅੱਛਾ ਡਿਊਟੀ ਸਾਹਿਬ ਨਾਲ ਹੀ ਡਿਊਟੀ ਹੈ ਠੀਕ ਹੈ ਹਾਂਜੀ ਹੁਣ ਬਾਈ ਭਾਈ ਕੰਮ ਕਰਦੇ ਜੀ ਮੈਂ ਜੌਬ ਕਰਦਾ ਵੀਰੇ ਕਿੱਥੇ ਕੰਮ ਕਰਦੇ ਜੌਬ ਕਰਦਾ ਮੈਂ ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਵਿੱਚ ਹਾਂਜੀ ਆਪਾਂ ਗੱਡੀ ਮਾਰ ਕੇ ਭਜਾ ਸਕਦੇ ਆ ਫਿਰ ਵੀਰ ਜੀ ਮੈਂ ਤੇ ਭਜਾਈ ਨਹੀਂ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਬੰਦਾ ਪੂਰਾ ਥੱਲੇ ਭਾਈ ਇੱਕ ਮਿੰਟ ਭਾਈ ਕਿੱਥੋਂ ਫਿਰ ਉਹਨਾਂ ਨੇ ਫਿਰ ਕਿਉਂ ਫੜਿਆ ਤੁਹਾਨੂੰ ਲੋਕਾਂ ਨੇ ਨਹੀਂ ਮੈਂ ਤੇ ਵੀਰ ਜੀ ਗੱਡੀ ਰੁਕ ਗਈ ਸੀ ਗੱਡੀ ਭਜਾਉਣ ਵਾਲਾ ਕੋਈ ਚੱਕਰ ਹੀ ਨਹੀਂ ਹੈਗਾ ਸ਼ੀਸ਼ਾ ਕਿਦਾਂ ਟੁੱਟ ਗਿਆ ਫਿਰ ਤੁਹਾਡਾ ਸ਼ੀਸ਼ਾ ਤੇ ਚਲੋ ਮਤਲਬ ਇਹ ਟੁੱਟ ਗਈ ਪਰ ਮੈਂ ਗੱਡੀ ਭਜਾਉਣ ਵਾਲਾ ਨਹੀਂ ਸੀ ਮੈਂ ਤੇ ਕਿੱਥੇ ਸੀ ਹਾਂਜੀ ਕਿੱਥੇ ਮਲਾਜ਼ਮ ਸੀ ਇੱਥੇ ਪੰਜ ਮਾਲ ਮੰਡੀ ਮਾਲ ਮੰਡੀ ਅੰਮ੍ਰਿਤਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ।